ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਵਾਕ ਹੈ ਪ੍ਰਬ ਡੋਰੀ ਹਾਥ ਤੇ ਮਾਰੇ ਜੀ ਜੰਤ ਤੇਰੇ ਤਾਰੇ ਹੁਣ ਇਹ ਅੱਜ ਦੀ ਤਰੀਕਾ ਕੁਝ ਇਸ ਤਰ੍ਹਾਂ ਮੈਂ ਕਹਿਣ ਲੱਗਾ ਸੀਗਾ ਵੀ ਅਨੁਕ ਛੋਟਾ ਮੋਟਾ ਪੁਲਿਸ ਦਾ ਮੁਲਾਜ਼ਮ ਹੁੰਦਾ ਨਾ ਤੇ ਉਹਨੂੰ ਸਭ ਪਤਾ ਸਭ ਹੁੰਦਾ ਹੈ ਕਿ ਮੈਂ ਗਲਤ ਕਰ ਰਿਹਾ ਉਹ ਕਹਿੰਦਾ ਜੀ ਪਿੱਛੋਂ ਆਰਡਰ ਹੈਗੇ ਸਾਨੂੰ ਇਦਾਂ ਦੇ ਸਾਨੂੰ ਤਾਂ ਕਰਨਾ ਪੈਂਦਾ ਉਹਦੀ ਡੋਰੀ ਵਿਚਾਰੇ ਦੀ ਕਿਤੇ ਹੋਰ ਹੁੰਦੀ ਹੈ ਤੇ ਆਪਾਂ ਕਹਿੰਦੇ ਨੇ ਖਣੀ ਮੰਤਰੀ ਸਾਰਾ ਕੁਝ ਕਰੀ ਜਾਂਦੇ ਆ ਪਰ ਇਦਾਂ ਵੀ ਹੈ ਨਹੀਂ ਜਦੋਂ ਇਲੈਕਸ਼ਨ ਹੁੰਦੇ ਆ ਮੰਤਰੀ ਨੇ ਪਤਾ ਨਹੀਂ ਕਿਤੋਂ ਕਿਤੋਂ ਪੈਸਾ ਲਿਆ ਹੁੰਦਾ ਹੈ ਨਾ ਪਾਰਟੀਆਂ ਨੇ ਹੁਣ ਫੋਰਨ ਤੋਂ ਬਾਹਰਲਾ ਪੈਸਾ ਕਿਡੀਆਂ-ਕਿਡੀਆਂ ਕੰਪਨੀਆਂ ਫਾਰਮਿੰਗ ਕੰਪਨੀਆਂ ਹੈਗੀਆਂ ਹੈ ਨਾ ਰਿਟੇਲ ਦੀਆਂ ਵੱਡੀਆਂ-ਵੱਡੀਆਂ ਕੋਲਡ ਡਰਿੰਕ ਵਾਲੀਆਂ ਕਿਹੜੀਆਂ-ਕਿਹੜੀਆਂ ਕੰਪਨੀਆਂ ਹੁੰਦੀਆਂ ਉਹ ਫੰਡਿੰਗ ਕਰ ਦਿੰਦੀਆਂ ਫਿਰ ਉਹ ਵੀ ਕਰਨਾ ਪੈਂਦਾ ਉਹਨਾਂ ਦੀ ਡੋਰ ਜਿਹੜੀ ਹੈਗੀ ਕੀ ਪਤਾ ਫੋਰਨ ਚ ਹੋਵੇ ਇੱਥੇ ਅਗਲੇ ਇਹ ਕਿਹੜਾ ਕਿਹੜਾ ਕਾਨੂੰਨ ਬਣਾ ਲੈਂਦੇ ਆ ਤੇ ਡੋਰ ਉਹਨਾਂ ਦੀ ਕਿ ਤਰ੍ਹਾਂ ਹੋ ਰਹੀ ਹੁੰਦੀ ਹੈ ਨਾ ਤੇ ਅ ਪਰ ਬੰਦੇ ਦੀ ਡੋਰ ਬੰਦੇ ਦੇ ਹੱਥ ਚ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਅਸਲ ਵਿੱਚ ਉਹਦੀ ਡੋਰ ਉਹਦੇ ਹੱਥ ਉਹਦੀ ਡੋਰ ਉਹਦੇ ਹੱਥ ਤੇ ਆਪਣਾ ਸਾਰਿਆਂ ਦੀ ਡੋਰ ਹੁੰਦੀ ਤਾਂ ਪ੍ਰਮਾਤਮਾ ਦੇ ਹੱਥ ਚ ਪ੍ਰਮਾਤਮਾ ਨੇ ਜਦੋਂ ਡੋਰ ਖਿੱਚਤੀ ਸਵਾਸਾਂ ਦੀ ਡੋਰ ਕਿ ਸਾਰਿਆਂ ਨੇ ਮਿੱਟੀ ਦਾ ਮਿੱਟੀ ਹੋ ਜਾਣਾ ਹੈ ਨਾ ਤੇ ਹੁਣ ਜਿਵੇਂ ਕਿਸੇ ਨੇ ਫਿਲਮ ਬਣਾਉਣੀ ਆ ਉਹ ਚਲਾ ਗਿਆ ਜੀ ਕਿਸੇ ਹੈ ਨਾ ਮਾਫੀਆ ਦੇ ਬੰਦੇ ਕੋਲ ਜੀ ਮੈਂ ਫਿਲਮ ਬਣਾਉਣੀ ਆ ਆਪਣੀ ਡੋਰ ਉਹਨੂੰ ਬਣਾਤੀ ਹੂੰ ਕਿਸੇ ਪੋਲੀਟੀਸ਼ੀਅਨ ਨੇ ਕੋਈ ਆਪਣਾ ਨਸ਼ਾ ਪੱਤਾ ਕਰਨ ਵਾਲੇ ਬੰਦੇ ਤੋਂ ਪੈਸੇ ਲੈ ਲੈ ਇਲੈਕਸ਼ਨ ਵੇਲੇ ਫਿਰ ਕਰਨਾ ਹੀ ਪੈਂਦਾ ਉਹਨੂੰ ਉਹ ਤੇ ਉਹਦੀ ਡੋਰ ਡੋਰ ਉੜਕ ਨੂੰ ਡੋਰ ਸਾਰਿਆਂ ਦੀ ਹੈ ਪਰਮਾਤਮਾ ਦਾ ਅਰਥ ਕਿਉਂਕਿ ਬੰਦੇ ਦੀ ਜਿਹੜੀ ਹੈਗੀ ਸਵਾਸਾਂ ਦੀ ਲੜੀ ਵਿੱਚ ਕਿਤੇ ਕਿੰਨੀ ਕਿ ਤਾਕਤ ਹੁੰਦੀ ਹੈ ਕਿੰਨੀ ਦੁਨੀਆ ਆਈ ਬੜੇ ਬੜੇ ਤੁਰਮਖਾਨ ਆਉਂਦੇ ਜਾਂਦੇ ਤੇ ਹਣ ਆਪਾਂ ਇਹ ਤੋਂ ਸਿੱਖ ਸਿੱਖਦੇ ਕੀ ਹਾਂ ਸਿੱਖਦੇ ਇਹ ਕੀ ਹੈ ਕਿ ਮੰਨਦਾ ਕਿਸੇ ਨਾ ਕੀ ਹੈ ਆਪਾਂ ਕਈ ਵਾਰ ਕਹਿੰਦੇ ਨੇ ਆਹ ਕੀ ਕਰੀ ਜਾਂਦਾ ਉਹ ਵਿਚਾਰਾ ਉਹ ਇਤਿਹਾਸ ਤੇ ਚ ਕੁਛ ਹੈ ਹੀ ਨਹੀਂ ਉਹਨੂੰ ਚਲਾਉਣ ਵਾਲਾ ਰਿਮੋਟ ਕੰਟਰੋਲ ਕਿਤੇ ਹੋਰ ਹੁੰਦਾ ਹੈ ਨਾ ਤੇ ਆਪਾਂ ਸਾਰੇ ਹੈ ਤਾਂ ਕਟਪੁਤਲੀ ਐ ਦੇ ਵਿੱਚ ਦੀ ਹੋਵੇ ਉਹਦੇ ਵਿੱਚ ਦੀ ਹੋਵੇ ਡੋਰ ਆਪਣੀ ਸਾਰਿਆਂ ਦੀ ਪ੍ਰਭੂ ਦੇ ਹੱਥ ਵਿੱਚ ਆ ਤੇ ਮੁਕਦੀ ਗੱਲ ਏ ਕਿ ਜਿਵੇਂ ਗੁਰਵਾਕ ਹੈ ਮੰਦਾ ਕਿਸੇ ਨਾਲ ਆਖੀਏ ਇੱਕਦਮ ਪ੍ਰਭਾਵਿਤ ਹੋਣਾ ਠੀਕ ਨਹੀਂ ਵੀ ਆ ਕਾਨੂੰਨ ਆ ਗਿਆ ਕਾਨੂੰਨ ਆ ਗਿਆ ਔਖਾ ਕਿੱਥੋਂ ਪਾਸ ਹੋਗੇ ਪਰ ਬੰਦਾ ਭੁਗਤਦਾ ਦਾ ਵੀ ਹੈ ਹੁਣ ਮੰਨ ਲਓ ਕਿਸੇ ਨੇ ਫੰਡਿੰਗ ਲੈ ਲਈ ਨਿੱਜੀ ਤੌਰ ਤੇ ਹੀ ਲੈ ਲਈ ਕਿਸੇ ਵੱਡੇ ਮੰਤਰੀ ਨੇ ਲੈ ਲਈ ਕਿਸੇ ਉਹ ਵਾਰਲਿਟੀ ਕੇ ਵਾਲੀ ਕੰਪਨੀ ਨੂੰ ਕਿਸੇ ਨੂੰ ਵੀ ਦੇ ਦਿਓ ਉਹ ਜਦੋਂ ਉਹਦੇ ਪੋਤੇ ਨੂੰ ਦੋਤੇ ਨੂੰ ਕਦੇ ਹੋ ਸਕਦਾ ਉਹ ਹੀ ਟਿਕਾ ਲੱਗ ਜਾਵੇ ਕਰਮਾਂ ਦਾ ਫਲ ਫਿਰ ਵੀ ਮਿਲਦਾ ਹੈ ਨਾ ਤੇ ਹੁਣ ਤੁਸੀਂ ਇਹ ਦੇਖੋ ਵੀ ਜਿਵੇਂ ਪੜਿਆ ਇਤਿਹਾਸ ਦੇ ਵਿੱਚ ਵੀ ਕਿਸੇ ਨੇ ਨਾ ਉਹ ਫਰੈਂਚ ਰਿਵੋਲੂਸ਼ਨ ਵਲੇ ਉਹ ਕੈਂਚਾ ਬਣਾਇਆ ਉਹ ਵੀ ਵੈਸੇ ਦੇਖੋ ਫਾਂਸੀ ਲਾਉਣ ਨੂੰ ਕਿ ਪਤਾ 15 ਮਿੰਟ ਲੱਗ ਜਾਣ ਗਲ ਵਢ ਨੂੰ ਕਿੱਡਾ ਜ਼ੋਰ ਲਾਉਣਾ ਪਊਗਾ ਉਹ ਵੱਡਾ ਜਿਹਾ ਤਖਤਾ ਪਾ ਕੇ ਨਾ ਉਤੋਂ ਕੈਂਚਾ ਹੀ ਡਿੱਗਦਾ ਸੀ ਥੱਲੇ ਔਰ ਅਸੀਂ ਨਾ ਪਹਿਲਾਂ ਤਾਂ ਚੱਕ ਦੇਣਾ ਫਿਰ ਥੱਲੇ ਛੇੜ ਦੇਣਾ ਥੱਲੇ ਬੰਦੇ ਦੀ ਗਰਦਨ ਫਸਾਈ ਹੁੰਦੀ ਸੀ ਚਲੋ ਵੀ ਸਕੈਂਟ ਸਕੈਂਟ ਦਵਾਦ ਥੱਲੇ ਜਿਵੇਂ ਉਹ ਕੁੱਕੜ ਦਾ ਗਲ ਵਢਦੇ ਆ ਥੱਲੇ ਉਹਨਾਂ ਨੇ ਉਹ ਰੱਖ ਦੇਣੀ ਟੋਕਰੀ ਚਲੋ ਸਕੈਂਟਾਂ ਦੇ ਵਿੱਚ ਉਹ ਪਤਾ ਲੱਗਿਆ ਵੀ ਜਿਹਨੇ ਡਿਜ਼ਾਈਨ ਕੀਤਾ ਸੀ ਨਾ ਉਹ ਉਹਦੀ ਵੀ ਵਾਰੀ ਉਸੇ ਜੇ ਆ ਗਈ ਤੇ ਜਿਹੜਾ ਰਾਜਾ ਸੀਗਾ ਜਿਹਨੂੰ ਜਿਸ ਵੇਲੇ ਉਹ ਡਿਜ਼ਾਈਨ ਹੋਇਆ ਸੀ ਸ਼ਹਿਰ ਉਹ ਲੂਈਸ ਪਤਨੀ ਕੌਣ ਸੀਗਾ ਉਹ ਤੇ ਉਹਦੀ ਉਹ ਰਾਣੀ ਰੂਣੀ ਉਸੇ ਵਿੱਚ ਹੀ ਆ ਗਈ ਤੇ ਅਖੇ ਉਹ ਤਾਂ ਆਪਣੀ ਖਾਨ ਵੀ ਹੈ ਨਾ ਵੀ ਜਿਵੇਂ ਕਹਿੰਦੇ ਆ ਵੀ ਜੇ ਆਪਾਂ ਕੋਈ ਦੂਜੇ ਦੇ ਲਈ ਟੋਏ ਪਟਦਾ ਉਹਦੇ ਵਿੱਚ ਆਪ ਹੀ ਡਿੱਗ ਬੰਦਾ ਕਈ ਵਾਰੀ ਸੋ ਮੁੱਖੀ ਗੱਲ ਇਹ ਹੈ ਕਿ ਆਪਾਂ ਨੂੰ ਇੱਕਦਮ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਵੀ ਆਹ ਬੰਦੇ ਨੇ ਆ ਕੀ ਕਰਤਾ ਉਹ ਕੀ ਕਰਤਾ ਉਹਦੀ ਡੋਰ ਉਹਦੇ ਹੱਥ 'ਚ ਹੈ ਨਹੀਂ ਤੇ ਸ਼ੋਭਾ ਤਾਂ ਆਈਆਂ ਵੀ ਆਪਾਂ ਡੋਰ ਕਿਸੇ ਛੋਟੇ ਮੋਟੇ ਨੂੰ ਫੜਾਈ ਹੈ ਸਿੱਧਾ ਪਰਮਾਤਮਾ ਨੂੰ ਫੜਾਈਏ ਜਿਹਦੇ ਹੱਥ ਸਾਰਿਆਂ ਦਾ ਕੰਟਰੋਲ ਆ ਜਿਹੜੇ ਆਪਣੇ ਪ੍ਰਾਣ ਅਨਾਥ ਆ ਜਿਹੜਾ ਆਪਣੇ ਪ੍ਰਾਣਾਂ ਦਾ ਜਿਹੜਾ ਮਾਲਕ ਸੋ ਇਸੇ ਗੁਰੂ ਵਾਕ ਦੇ ਨਾਲ ਦੁਆਰਾ ਬੋਲ ਕੇ ਵੀਡੀਓ ਦੀ ਸਮਾਪਤੀ ਹੈ ਪ੍ਰਭ ਡੋਰੀ ਹੱਥ ਤੇ ਮਾਰੇ ਜੀ ਜੰਤ ਤੇਰੇ ਧਾਰੇ ਜੋ ਕਰਾਇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਨਾਨਕ ਦਾਸ ਤੇਰੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ